ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੀਆਂ ਤ੍ਰਿੰਜਨ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵੈਲ ਹੁਣ ਤੁਸੀਂ ਜਾਣਦੇ ਹੋ ਕਿ ਆਪਾਂ ਵਿਆਹ ਦੇ ਰਿਲੇਟਿਡ ਕੁਝ ਵੀਡੀਓਜ਼ ਬਣਾ ਰਹੇ ਹਾਂ ਜਿਹੜਾ ਕਿ ਇੱਕ ਲੜੀ ਦਾ ਹਿੱਸਾ ਹਨ। ਇਸੇ ਲੜੀ ਦੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਕਿ ਵਿਆਹ ਦੇ ਪੱਕਾ ਹੋਣ ਤੋਂ ਮਗਰੋਂ ਪਰਿਵਾਰ ਨੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ। ਹੁਣ ਕੁਝ ਗੱਲਾਂ ਦਾ ਧਿਆਨ ਤਾਂ ਮੁੰਡੇ ਅਤੇ ਕੁੜੀ ਨੂੰ ਵੀ ਰੱਖਣਾ ਪਵੇਗਾ। ਮੈਨੂੰ ਪਤਾ ਬਹੁਤ ਚਾਅ ਚੜਿਆ ਹੁੰਦਾ ਹੈ, ਪਰ ਤੁਸੀਂ ਇਹਨਾਂ ਗੱਲਾਂ ਤੋਂ ਭੱਜ ਨਹੀਂ ਸਕਦੇ ਹੋ ਜੇ ਤੁਸੀਂ ਆਪਣੇ ਵਿਆਹ ਨੂੰ ਇੰਜੋਏ ਕਰਨਾ ਚਾਹੁੰਦੇ ਹੋ। ਤਾਂ ਚਲੋ ਜੀ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤੇ ਵੇਖਦੇ ਹਾਂ ਕਿ ਤੁਹਾਡੇ ਲਈ ਮੇਰੇ ਕੋਲ ਪਹਿਲਾ ਟਿਪ ਕਿਹੜਾ ਹੈ। ਵੈਸੇ ਤਾਂ ਵਿਆਹ ਦਾ ਟਾਈਮ ਹੁੰਦਾ ਹੈ ਬਹੁਤ ਸਾਰੇ ਰੁਝੇਵਿਆਂ ਦਾ, ਪਰ ਆਪਣੀ ਬੋਡੀ ਦਾ ਧਿਆਨ ਰੱਖਣਾ ਵੀ ਸ਼ੁਰੂ ਕਰ ਦਿਓ। ਪਾਣੀ ਬਹੁਤ ਜ਼ਿਆਦਾ ਪੀਣਾ ਸ਼ੁਰੂ ਕਰ ਦਿਓ, ਕਿਉਂਕਿ ਉਹਦੇ ਨਾਲ ਹੋਵੇਗਾ ਕਿ ਵਿਆਹ ਵਾਲੇ ਦਿਨ ਤੱਕ ਤੁਹਾਡੇ ਚਿਹਰੇ ਉੱਤੇ ਬਹੁਤ ਖੂਬਸੂਰਤ ਚਮਕ ਆ ਜਾਵੇਗੀ। ਜਦੋਂ ਵੀ ਵਿਆਹ ਦੇ ਕੱਪੜਿਆਂ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਹਮੇਸ਼ਾ ਚਾਅ ਚੜਿਆ ਹੁੰਦਾ ਹੈ ਵਿਆਹ ਵਾਲੇ ਦਿਨ ਦਾ, ਜਾਂ ਫਿਰ ਰਿਸੈਪਸ਼ਨ ਦਾ, ਜਾਂ ਫਿਰ ਜਦੋਂ ਥੋੜੇ ਬਹੁਤੇ ਰੀਤੀ ਰਿਵਾਜ਼ ਹੋਣੇ ਹੁੰਦੇ ਹਨ ਉਦੋਂ ਅਸੀਂ ਕਿਹੜੇ ਕੱਪੜੇ ਪਾਉਣੇ ਹਨ। ਪਰ ਧਿਆਨ ਰੱਖੋ ਤੁਹਾਡਾ ਸਲੀਪ ਵੀਅਰ, ਰਾਤ ਦੇ ਸੌਣ ਦੇ ਕੱਪੜੇ, ਤੁਹਾਡੇ ਅੰਡਰ ਗਾਰਮੈਂਟਸ, ਤੁਹਾਡਾ ਆਊਟਰ ਵੀਅਰ ਜਿਹੜਾ ਹੁੰਦਾ ਹੈਗਾ, ਸ਼ੋਲ ਹੋ ਗਿਆ, ਜਾਂ ਤੁਹਾਨੂੰ ਇੱਕ ਦੋ ਹੋਰ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਵੀ ਇੰਪੋਰਟੈਂਟ ਹੈਗਾ। ਉਹਨਾਂ ਦੀ ਵੀ ਇਸ ਟਾਈਮ ਤੇ ਜੇ ਸ਼ਾਪਿੰਗ ਕਰਨੀ ਹੈਗੀ ਹੈ, ਜਾਂ ਤੁਸੀਂ ਜੇ ਤੁਹਾਡੇ ਕੋਲ ਪਹਿਲਾਂ ਹੈਗੇ ਨੇ ਉਹਨਾਂ ਦਾ ਵੀ ਧਿਆਨ ਰੱਖੋ। ਤੇ ਇਸ ਤੋਂ ਇਲਾਵਾ ਧਿਆਨ ਰੱਖੋ ਕਿ ਉਹ ਸਭ ਕੰਫਰਟੇਬਲ ਹੋਣ, ਸਪੈਸ਼ਲੀ ਕੁੜੀ ਦੇ ਲਈ, ਕਿਉਂਕਿ ਤੁਸੀਂ ਅਗਲੇ ਘਰ ਜਾਣਾ ਹੈਗਾ। ਸੋ ਤੁਹਾਨੂੰ ਕੰਫਰਟੇਬਲ ਕਲੋਥਿੰਗ ਦੀ ਬਹੁਤ ਜ਼ਿਆਦਾ ਲੋੜ ਪੈਣ ਵਾਲੀ ਹੈ। ਨੈਕਸਟ ਚੀਜ਼ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਵਿਆਹ ਦੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈਗੀ ਹੈ। ਵਿਆਹ ਦੇ ਵਿੱਚ ਜਦੋਂ ਤੁਸੀਂ ਆਨੰਦ ਕਾਰਜ ਲਈ ਜਾਂਦੇ ਹੋ, ਜਾਂ ਤੁਸੀਂ ਜਦੋਂ ਫੇਰਿਆਂ ਲਈ ਜਾਂਦੇ ਹੈਗੇ ਹੋ, ਉੱਥੇ ਤੁਹਾਨੂੰ ਤੁਹਾਡੇ ਰਿਲੀਜੀਅਸ ਪਲੇਸਿਸ ਦੇ ਹਿਸਾਬ ਨਾਲ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈਗਾ, ਜਿਹੜਾ ਕਿ ਵਿਆਹ ਤੋਂ ਕੁਝ ਦਿਨ ਮਗਰੋਂ ਮਿਲਦਾ ਹੈਗਾ। ਤਾਂ ਉਹ ਸਰਟੀਫਿਕੇਟ ਦੇ ਨਾਲ ਤੁਹਾਨੂੰ ਕੁਝ ਫੋਟੋਗ੍ਰਾਫਸ ਅਤੇ ਕੁਝ ਕਾਰਡਸ ਦੀ ਲੋੜ ਪਵੇਗੀ, ਅਤੇ ਫਿਰ ਇਹਨਾਂ ਦੇ ਸਿਰ ਤੇ ਤੁਸੀਂ ਆਪਣੇ ਵਿਆਹ ਨੂੰ ਰਜਿਸਟਰ ਕਰਾ ਸਕਦੇ ਹੈਗੇ ਹੋ। ਮੈਂ ਕਾਰਡਸ ਦੀ ਅਹਿਮੀਅਤ ਦੱਸੀ ਸੀ ਜਦੋਂ ਆਪਾਂ ਪਰਿਵਾਰ ਬਾਰੇ ਗੱਲ ਕੀਤੀ ਸੀਗੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਜਦੋਂ ਮੈਰਿਜ ਰਜਿਸਟਰਾਰ ਦੇ ਆਫਿਸ ਜਾਵੋਗੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਜ਼ ਆ ਪ੍ਰੂਫ ਰੱਖ ਕੇ ਤੁਹਾਡੇ ਵਿਆਹ ਜਿਹੜਾ ਹੈਗਾ ਰਜਿਸਟਰ ਕੀਤਾ ਜਾਵੇਗਾ। ਹੁਣ ਵਿਆਹ ਦੀ ਰਜਿਸਟ੍ਰੇਸ਼ਨ ਦਾ ਜਿਹੜਾ ਟਾਈਮ ਹੈਗਾ ਉਹ ਹਰ ਥਾਂ ਤੇ ਵੱਖ ਵੱਖ ਹੁੰਦਾ ਹੈ, ਕੁਝ ਦਿਨਾਂ ਤੋਂ ਲੈ ਕੇ ਕੁਝ ਮਹੀਨੇ ਵੀ ਲੱਗ ਸਕਦੇ ਹਨ। ਸੋ ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ ਹੈਗਾ, ਪਰ ਇਹ ਨਾ ਹੋਵੇ ਕਿ ਤੁਸੀਂ ਸਾਰਾ ਪੇਪਰ ਵਰਕ ਇਕੱਠਾ ਹੀ ਖੋਲ ਲਿਆ ਹੋਵੇ। ਇੱਕ ਇੱਕ ਕਰਕੇ ਸਾਰੇ ਪੇਪਰ ਵਰਕ ਨੂੰ ਕਰਾਵੋ, ਜਿੱਥੇ ਜਿੱਥੇ ਤੁਹਾਨੂੰ ਜਿਹੜੇ ਜਿਹੜੇ ਸਰਟੀਫਿਕੇਟ ਦੀ ਲੋੜ ਹੈਗੀ ਹੈ ਤੁਹਾਡੇ ਕੋਲ ਟਾਈਮ ਸਿਰ ਹੋਣਾ ਚਾਹੀਦਾ ਹੈ। ਇੱਕ ਹੋਰ ਅਹਿਮ ਗੱਲ, ਵਿਆਹ ਦੀਆਂ ਤਿਆਰੀਆਂ ਭਾਵੇਂ ਤੁਸੀਂ ਸਾਂਝੇ ਰੂਪ 'ਚ ਕਰ ਰਹੇ ਹੋ ਜਾਂ ਤੁਸੀਂ ਇਕੱਲੇ-ਇਕੱਲੇ ਵੀ ਕਰ ਰਹੇ ਹੋ, ਪਰ ਜੇ ਉੱਥੇ ਤੁਹਾਨੂੰ ਤੁਹਾਡੇ ਸਪਾਇਰਸ ਤੋਂ ਸਹੀ ਤਰੀਕੇ ਨਾਲ ਹੈਲਪ ਨਹੀਂ ਮਿਲਦੀ ਹੈ, ਜਾਂ ਹੋ ਸਕਦਾ ਹੈ ਕਿ ਤੁਹਾਨੂੰ ਇਮੋਸ਼ਨਲੀ ਹੀ ਉਹਨਾਂ ਸਪੋਰਟ ਨਾ ਮਿਲ ਰਿਹਾ ਹੋਵੇ, ਜਾਂ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਕੁਝ ਗੁੱਸੇ ਗਿਲੇ ਹੋਣ ਉਸ ਟਾਈਮ ਤੇ ਆਪਸ ਵਿੱਚ, ਜਾਂ ਈਵਨ ਤੁਹਾਡੀ ਮਿਜ਼ਾ ਹੀ ਨਾ ਰਲ ਰਹੀ ਹੋਵੇ ਕਿਸੇ ਕੰਮ ਦੇ ਲਈ। ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਤੁਹਾਨੂੰ ਸੈਪਰੇਸ਼ਨ ਵੱਲ ਸੋਚਣਾ ਚਾਹੀਦਾ ਹੈ, ਜਾਂ ਤੁਹਾਨੂੰ ਇੱਥੇ ਹੁਣ ਇੱਕ ਵਾਰੀ ਦੁਬਾਰਾ ਸੋਚਣਾ ਚਾਹੀਦਾ ਹੈਗਾ ਕਿ ਬਈ ਵਿਆਹ ਕਰਾਉਣਾ ਹੈ ਕਿ ਨਹੀਂ। ਨਹੀਂ, ਉਸ ਟਾਈਮ ਤੇ ਐਂਜ਼ਾਇਟੀ ਹੁੰਦੀ ਹੈ, ਬਹੁਤ ਸਾਰੇ ਤਰ੍ਹਾਂ ਦੇ ਪ੍ਰੈਸ਼ਰਸ ਹੁੰਦੇ ਹਨ, ਬਹੁਤ ਸਾਰੇ ਹੋਰ ਮਸਲੇ ਹੋ ਸਕਦੇ ਹਨ। ਸੋ ਉਸ ਟਾਈਮ ਤੇ ਹੁਣ ਗੁੱਸਾ ਗਿਲਾ ਕਰਨ ਦਾ ਵਕਤ ਬਿਲਕੁਲ ਨਹੀਂ ਹੈ। ਤੁਹਾਨੂੰ ਲੱਗ ਰਿਹਾ ਹੈਗਾ ਕਿ ਤੁਸੀਂ ਕਿਸੇ ਰੀਤੀ ਰਿਵਾਜ ਨਾਲ ਖੁਸ਼ ਨਹੀਂ ਹੋ, ਤਾਂ ਤੁਸੀਂ ਦੂਸਰੇ ਆਪਣੇ ਪਾਰਟਨਰ ਦੇ ਨਾਲ ਗੱਲ ਕਰਕੇ ਸੋਚ ਸਕਦੇ ਹੋ ਕਿ ਤੁਸੀਂ ਉਸ ਰੀਤੀ ਰਿਵਾਜ ਨੂੰ ਜੇ ਸਕਿਪ ਕਰ ਸਕੋ, ਜੇ ਉਹਨੂੰ ਛੱਡ ਸਕੋ। ਕਿਉਂਕਿ ਦੇਖੋ, ਰੀਤੀ ਰਿਵਾਜ ਸਾਡੀ ਖੁਸ਼ੀ ਲਈ ਬਣੇ ਹੁੰਦੇ ਹਨ, ਲੇਕਿਨ ਹੌਲੀ ਹੌਲੀ ਕਰਕੇ ਅਸੀਂ ਉਹਨਾਂ ਨੂੰ ਥੋਪਣ ਲੱਗ ਗਏ ਹਾਂ ਆਪਣੀ ਜ਼ਿੰਦਗੀ ਦੇ ਉੱਤੇ। ਸੋ ਕੋਈ ਇਦਾਂ ਦਾ ਜੇ ਰੀਤੀ ਰਿਵਾਜ ਜਿੱਥੇ ਵੀ ਤੁਹਾਨੂੰ ਕੋਈ ਹੈ ਤੁਹਾਨੂੰ ਤੰਗ ਕਰ ਰਿਹਾ ਹੈਗਾ, ਉਹਦੇ ਬਾਰੇ ਗੱਲ ਪਹਿਲਾਂ ਕਰ ਲਓ। ਜਦੋਂ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਹੋ, ਈਵਨ ਵਿਆਹ ਦੇ ਦਿਨ ਦੀ ਵੀ ਇਹ ਗੱਲ ਹੈਗੀ ਹੈ, ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ 'ਚ ਨਾ ਲੱਗੇ ਰਹੋ। ਇਹ ਬਹੁਤ ਡਿਫਿਕਲਟ ਹੋ ਜਾਂਦਾ ਹੈਗਾ ਕਿ ਤੁਸੀਂ ਹਰ ਇੱਕ ਨੂੰ ਹੀ ਖੁਸ਼ ਕਰ ਦਿਓ। ਸੋ ਇਹ ਨਾ ਹੋਵੇ ਕਿ ਸਾਰਿਆਂ ਦੀ ਖੁਸ਼ੀ ਲੱਭਦੇ ਹੋਏ ਤੁਸੀਂ ਆਪਣੀ ਗਵਾ ਲਵੋ। ਜਿੰਨਾ ਹੋ ਸਕਦਾ ਹੈਗਾ ਤੁਸੀਂ ਆਪ ਖੁਸ਼ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੁਣ ਸੈਲਫਿਸ਼ ਹੋ ਜਾਣਾ ਹੈਗਾ, ਪਰ ਇਹ ਨਾ ਹੋਵੇ ਕਿ ਕਿਸੇ ਦੀ ਖੁਸ਼ੀ ਕਰਕੇ ਤੁਹਾਡੇ ਆਪ ਵੀ ਮੂੰਹ ਦਾ ਰੰਗ ਉੱਡਿਆ ਹੋਇਆ ਹੈ ਤੇ ਤੁਸੀਂ ਖੁਸ਼ ਨਹੀਂ ਹੋ ਪਾ ਰਹੇ। ਇੱਕ ਬਹੁਤ ਇੰਪੋਰਟੈਂਟ ਚੀਜ਼ ਇੱਥੇ ਆਉਂਦੀ ਹੈਗੀ ਹੈ ਕਿ ਪਰਿਵਾਰ ਵੱਲੋਂ ਜਿਹੜੀਆਂ ਵੀ ਮੰਗਾਂ ਸਾਹਮਣੇ ਰੱਖੀਆਂ ਜਾਂਦੀਆਂ ਹਨ ਉਹਦੇ ਬਾਰੇ ਤੁਸੀਂ ਆਪਸ ਵਿੱਚ ਦੋਵਾਂ ਜਣਿਆਂ ਨੇ ਗੱਲ ਜ਼ਰੂਰ ਕਰਨੀ ਹੈ। ਕੁੜੀ ਦੇ ਕੇਸ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਦਾਜ ਦੀ ਗੱਲ ਹੋ ਰਹੀ ਹੈਗੀ ਹੈ ਜਾਂ ਕੋਈ ਹੋਰ ਲੈਣ ਦੇਣ ਦੀ ਗੱਲ ਹੋ ਰਹੀ ਹੈ ਤੇ ਤੁਹਾਨੂੰ ਲੱਗ ਰਿਹਾ ਹੈਗਾ ਕਿ ਗਲਤ ਹੈ ਔਰ ਇਹ ਗਲਤ ਵੀ ਹੈ, ਇਹਨੂੰ ਜਾਣ ਲਵੋ ਤੁਸੀਂ, ਤਾਂ ਪਲੀਜ਼ ਆਪਸ ਵਿੱਚ ਇੱਕ ਦੂਸਰੇ ਨਾਲ ਗੱਲ ਕਰ ਲਵੋ। ਕਈ ਵਾਰੀ ਇਦਾਂ ਹੁੰਦਾ ਹੈ ਕਿ ਮੁੰਡੇ ਨੂੰ ਪਤਾ ਹੀ ਨਹੀਂ ਹੁੰਦਾ ਹੈ ਕਿ ਕਿਹੜੀਆਂ ਗੱਲਾਂ ਚੱਲ ਰਹੀਆਂ ਹਨ, ਬਾਅਦ ਵਿੱਚ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਬਾਅਦ ਵਿੱਚ ਗਿਲਾ ਕਰੋਗੇ। ਸੋ ਗੱਲ ਪਹਿਲਾਂ ਕਰ ਲਵੋ, ਸੋ ਦੈਟ ਕਿ ਉਸ ਚੀਜ਼ ਨੂੰ ਹੁਣੇ ਹੀ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਕਈ ਵਾਰੀ ਪਰਿਵਾਰ ਬਹੁਤ ਹੀ ਅਨਸੈਸਰੀ ਰਿਕੁਐਸਟ ਲੈ ਕੇ ਆਉਂਦੇ ਹਨ ਕਿ ਅਸੀਂ ਕੁੜੀ ਦਾ ਨਾਮ ਬਦਲਣਾ ਹੈ ਜੀ। ਸੋ ਇਦਾਂ ਦੀਆਂ ਚੀਜ਼ਾਂ ਤੋਂ ਜੇ ਤੁਸੀਂ ਪਹਿਲੀ ਗੱਲ ਗੁਰੇਜ਼ ਕਰ ਸਕੋ ਤਾਂ ਬਹੁਤ ਵਧੀਆ ਹੈਗਾ। ਸੈਕੰਡਲੀ, ਜੇ ਤੁਹਾਨੂੰ ਲੱਗਦਾ ਹੈ ਕਿ ਇਦਾਂ ਦੀ ਚੀਜ਼ ਇੰਪੋਰਟੈਂਟ ਹੈਗੀ ਹੈ, ਤੁਹਾਨੂੰ ਠੀਕ ਲੱਗ ਰਹੀ ਹੈ ਜਾਂ ਨਹੀਂ, ਜੋ ਵੀ ਗੱਲ ਜਿਸ ਹਿਸਾਬ ਨਾਲ ਵੀ ਹੁੰਦੀ ਹੈਗੀ ਹੈ, ਤੁਸੀਂ ਇੱਕ ਦੂਸਰੇ ਨਾਲ ਕਰ ਲੈਣੀ ਹੈ। ਜੇ ਤੁਸੀਂ ਆਫਿਸ ਵਿੱਚ ਕੰਮ ਕਰਦੇ
ਜਾਂਦਾ ਹੈਗਾ ਜਾਂ ਜਿੰਨੀ ਵੀ ਰਿਪਲਾਈ ਤੁਸੀਂ ਕਰਨੀ ਹੈ ਕਰ ਸਕਦੇ ਹੈਗੇ ਹੋ। ਅਪਾਰਟ ਫਰੋਮ ਦੈਟ ਤੁਹਾਡੀ ਈਮੇਲ ਜਿਹੜੀ ਹੈਗੀ ਆ ਆਟੋ ਆਨਸਰ ਤੇ ਲੱਗ ਜਾਣੀ ਚਾਹੀਦੀ ਹੈ। ਵਿਆਹ ਤੋਂ ਪਹਿਲਾਂ ਆਪਣੇ ਹੋਣ ਵਾਲੇ ਸਪਾਊਸ ਦੇ ਨਾਲ ਹਨੀਮੂਨ ਦੀ ਗੱਲ ਜ਼ਰੂਰ ਕਰ ਲਵੋ ਤੇ ਡੈਸਟੀਨੇਸ਼ਨ ਦੀ ਗੱਲ ਵੀ ਜ਼ਰੂਰ ਕਰ ਲਵੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਸੀਂ ਕਿੱਥੇ ਜਾਣਾ ਹੈ, ਕਦੋਂ ਜਾਣਾ ਹੈ ਤੇ ਉਹਦੇ ਲਈ ਕਿੰਨੇ ਪੈਸੇ ਖਰਚੇ ਜਾਣਗੇ। ਇਸ ਤੋਂ ਇਲਾਵਾ ਜੇ ਤੁਸੀਂ ਨਾਲ ਦੀ ਨਾਲ ਵਿਆਹ ਤੋਂ ਮਗਰੋਂ ਹਨੀਮੂਨ ਲਈ ਜਾ ਰਹੇ ਹੋ ਜਾਂ ਰਿਸੈਪਸ਼ਨ ਤੋਂ ਮਗਰੋਂ ਹਨੀਮੂਨ ਲਈ ਜਾ ਰਹੇ ਹੋ ਤਾਂ ਵਿਆਹ ਦੀ ਪੈਕਿੰਗ ਦੇ ਨਾਲ ਨਾਲ ਹਨੀਮੂਨ ਦੀ ਪੈਕਿੰਗ ਵੀ ਇੱਥੇ ਹੋਣੀ ਜ਼ਰੂਰੀ ਹੋ ਜਾਂਦੀ ਹੈ। ਪਰਿਵਾਰਕ ਤੌਰ ਤੇ ਤੁਸੀਂ ਫੋਟੋਗ੍ਰਾਫਰ ਤਾਂ ਪੱਕਾ ਕੀਤਾ ਹੀ ਹੋਵੇਗਾ, ਪਰ ਉਸ ਫੋਟੋਗ੍ਰਾਫਰ ਨਾਲ ਤੁਸੀਂ ਵੀ ਗੱਲ ਕਰ ਲਓ। ਵੈਸੇ ਤਾਂ ਤੁਹਾਡੀ ਉਹਦੇ ਨਾਲ ਪਹਿਲਾਂ ਜਾਣ ਪਛਾਣ ਹੋ ਜਾਵੇਗੀ ਅੱਜ ਕੱਲ੍ਹ ਕਿਉਂਕਿ ਪ੍ਰੀ ਵੈਡਿੰਗ ਸ਼ੂਟਸ ਹੋਣ ਲੱਗ ਗਏ ਹਨ, ਸੋ ਤੁਹਾਨੂੰ ਜ਼ਿਆਦਾ ਉਹਦੇ ਨਾਲ ਗੱਲਬਾਤ ਕਰਨ ਦਾ ਮੌਕਾ ਉੱਥੇ ਮਿਲ ਜਾਵੇਗਾ। ਪਰ ਕਈ ਵਾਰੀ ਜੇ ਤੁਹਾਨੂੰ ਨਹੀਂ ਮਿਲਦਾ ਹੈ ਤਾਂ ਇੱਕ ਵਾਰੀ ਫੋਟੋਗ੍ਰਾਫਰ ਨਾਲ ਗੱਲ ਕਰ ਲਵੋ, ਉਹਨੂੰ ਪੁੱਛੋ ਕਿ ਕਿੱਦਾਂ ਦੇ ਫੋਟੋਗ੍ਰਾਫਸ ਉਹ ਸੋਚ ਰਿਹਾ ਹੈਗਾ ਖਿੱਚਣ ਦੀਆਂ, ਜਾਂ ਤੁਸੀਂ ਕਿੱਦਾਂ ਦੀਆਂ ਚਾਹੁੰਦੇ ਹੋ, ਜਾਂ ਮਿਲ ਜੁਲ ਕੇ ਤੁਸੀਂ ਕਿੱਦਾਂ ਦੀ ਐਲਬਮ ਤਿਆਰ ਕਰਾਉਣਾ ਚਾਹੁੰਦੇ ਹੋ। ਇਸ ਤੋਂ ਇਲਾਵਾ ਵਿਆਹ ਦੇ ਵਾਲੇ ਦਿਨ ਤੇ ਜਾਂ ਉਸ ਤੋਂ ਪਹਿਲਾਂ ਕਿਹੜਾ ਸਹੀ ਟਾਈਮ ਹੋਵੇਗਾ, ਯੂਨੋ ਮੌਸਮ ਦੇ ਹਿਸਾਬ ਨਾਲ ਜਾਂ ਇੱਕ ਦਿਨ ਦੇ ਵਿੱਚ ਕਿਹੜੇ ਟਾਈਮ ਤੇ ਸਵੇਰੇ ਜਾਂ ਸ਼ਾਮ ਜਾਂ ਗੋਲਡਨ ਆਵਰ ਤੇ ਕਿਹੜਾ ਟਾਈਮ ਇੱਦਾਂ ਦਾ ਹੈ ਜਦੋਂ ਤੁਹਾਡੀਆਂ ਫੋਟੋਗ੍ਰਾਫਸ ਬਹੁਤ ਸੋਹਣੀਆਂ ਆ ਸਕਦੀਆਂ ਹਨ। ਵਿਆਹ ਤੋਂ ਪਹਿਲਾਂ ਈਵਨ ਵਿਆਹ ਦੀ ਇੱਕ ਰਾਤ ਪਹਿਲਾਂ ਤੱਕ ਵੀ ਜ਼ਿਆਦਾ ਆਪਣੇ ਆਪ ਨੂੰ ਥਕਾਵੋ ਨਾ, ਘੱਟੋ ਘੱਟ 4-5 ਦਿਨ ਪਹਿਲਾਂ ਤੋਂ ਤੁਸੀਂ ਉਹਨੂੰ ਰਿਲੈਕਸ ਕਰਨਾ ਕਿਉਂਕਿ ਸ਼ੁਰੂ ਕਰਨਾ ਹੈਗਾ। ਜਿੰਨਾ ਹੋ ਸਕੇ ਆਪਣੇ ਆਪ ਨੂੰ ਫਿਜ਼ੀਕਲੀ ਵੀ ਠੀਕ ਰੱਖਣ ਦੀ ਕੋਸ਼ਿਸ਼ ਕਰੋ, ਕੋਈ ਵੀ ਨਵੀਂ ਚੀਜ਼ ਤੁਸੀਂ ਟਰਾਈ ਨਾ ਕਰੋ, ਕੋਈ ਵੀ ਨਵਾਂ ਫੂਡ ਹੋ ਗਿਆ ਜਾਂ ਜਿਹੜੀ ਕੋਈ ਇੱਦਾਂ ਦੀ ਚੀਜ਼ ਜਿਹੜੀ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਤੰਗ ਕਰ ਸਕਦੀ ਹੈਗੀ ਹੈ ਉਹਨੂੰ ਹੁਣ ਤੁਸੀਂ ਥੋੜ੍ਹਾ ਜਿਹਾ ਅਵੋਇਡ ਕਰਨਾ ਹੈ। ਜਦੋਂ ਵਿਆਹ ਹੁੰਦਾ ਹੈਗਾ ਉਸ ਤੋਂ ਬਾਅਦ ਲੋਕੀ ਜਾਂ ਤੁਹਾਡੇ ਦੋਸਤ ਮਿੱਤਰ ਵੀ ਤੁਹਾਨੂੰ ਬੱਚਿਆਂ ਬਾਰੇ ਪੁੱਛਣ ਲੱਗ ਜਾਂਦੇ ਹਨ। ਵੈਸੇ ਹੋਣਾ ਤਾਂ ਇਹ ਚਾਹੀਦਾ ਹੈਗਾ ਕਿ ਮੁੰਡੇ ਅਤੇ ਕੁੜੀ ਨੂੰ ਆਪਣੇ ਵਿਆਹ ਵਿੱਚ ਚੰਗੀ ਤਰ੍ਹਾਂ ਪਹਿਲਾਂ ਸੈਟਲ ਹੋਣ ਦਵੋ, ਪਰ ਜ਼ਿਆਦਾਤਰ ਲੋਕੀ ਤਾਂ ਇਹ ਵੀ ਉਡੀਕ ਨਹੀਂ ਕਰਦੇ ਹਨ ਕਿ ਕੁੜੀ ਸਹੀ ਤਰੀਕੇ ਨਾਲ ਸਹੁਰੇ ਪਰਿਵਾਰ ਆ ਜਾਵੇ। ਹਜੇ ਉਹ ਪੈਲਸ ਵਿੱਚ ਹੀ ਹੁੰਦੀ ਹੈ, ਇੰਨੇ 'ਚ ਉਹਨਾਂ ਨੂੰ ਰਾਏ ਦਿੱਤੀਆਂ ਜਾਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਉਹਨਾਂ ਨੂੰ ਕੁਐਸਚਨ ਪੁੱਛਣੇ ਸ਼ੁਰੂ ਹੋ ਜਾਂਦੇ ਹਨ। ਸੋ ਇੱਦਾਂ ਦੀ ਸਿਚੁਏਸ਼ਨ ਤੁਹਾਡੇ ਸਾਹਮਣੇ ਵੀ ਆ ਸਕਦੀ ਹੈ ਕਿ ਉਹਨੂੰ ਥੋੜ੍ਹਾ ਜਿਹਾ ਡਿਪਲੋਮੈਟਿਕਲੀ ਹੁਣ ਤੁਸੀਂ ਹੈਂਡਲ ਕਰਨਾ ਹੈਗਾ, ਸਮਾਈਲ ਨਾਲ ਹੈਂਡਲ ਕਰਨਾ ਹੈ, ਪਰ ਇੱਕ ਦੂਸਰੇ ਨਾਲ ਪਹਿਲਾਂ ਗੱਲ ਕਰ ਲਓ ਸੋ ਦੈਟ ਤੁਹਾਨੂੰ ਪਤਾ ਹੋਵੇ ਕਿ ਜਦੋਂ ਵੀ ਇੱਦਾਂ ਦੇ ਹਾਲਾਤ ਤੁਹਾਡੇ ਸਾਹਮਣੇ ਆਉਣ ਤੁਸੀਂ ਉਹਨਾਂ ਦਾ ਸਾਹਮਣਾ ਕਿਵੇਂ ਕਰਨਾ ਹੈ। ਇਸ ਤੋਂ ਇਲਾਵਾ ਆਪਣੇ ਦੋਸਤ ਮਿੱਤਰ ਜਾਂ ਕਿਸੇ ਭੈਣ ਭਰਾ ਨੂੰ ਇਸ ਗੱਲ ਲਈ ਵੀ ਪੱਕੇ ਕਰਕੇ ਰੱਖੋ ਕਿ ਵਿਆਹ ਵਿੱਚ ਉਹਨਾਂ ਨੇ ਤੁਹਾਡੀਆਂ ਕੁਝ ਐਕਸਟਰਾ ਫੋਟੋਗ੍ਰਾਫਸ ਖਿੱਚਣੀਆਂ ਹਨ, ਸਿਰਫ ਤੁਹਾਡੀਆਂ ਫੋਟੋਗ੍ਰਾਫਸ ਜਦੋਂ ਤੁਸੀਂ ਉਹਨਾਂ ਦੇ ਸਾਹਮਣੇ ਚੰਗੇ ਤਰੀਕੇ ਨਾਲ ਕੰਫਰਟੇਬਲ ਹੋਵੋ। ਕਈ ਵਾਰੀ ਹੁੰਦਾ ਹੈ ਅਸੀਂ ਫੋਟੋਗ੍ਰਾਫਰ ਦੇ ਸਾਹਮਣੇ ਕੰਫਰਟੇਬਲ ਨਹੀਂ ਹੁੰਦੇ ਹਾਂ ਅਤੇ ਅਸੀਂ ਚੰਗੇ ਤਰੀਕੇ ਨਾਲ ਸਮਾਈਲ ਨਹੀਂ ਕਰ ਪਾਉਂਦੇ ਤੇ ਇੱਕਦਮ ਫੋਰਸਡ ਜਿਹੀ ਸਮਾਈਲ ਲੱਗਦੀ ਹੈ, ਜਦੋਂ ਕਿ ਦੋਸਤ ਮਿੱਤਰਾਂ ਦੇ ਸਾਹਮਣੇ ਆਪਾਂ ਕੰਪਲੀਟਲੀ ਡਿਫਰੈਂਟ ਹੁੰਦੇ ਹਾਂ। ਸੋ ਉਹਨਾਂ ਨੂੰ ਵੀ ਜ਼ਿਆਦਾ ਤੁਸੀਂ ਕੈਮਰਾ ਜੇ ਤੁਹਾਡੇ ਕੋਲ ਹੈ ਤੁਸੀਂ ਉਹਦੇ ਨਾਲ ਕਹਿ ਸਕਦੇ ਹੋ, ਜਾਂ ਅੱਜ ਕੱਲ੍ਹ ਫੋਨਸ ਕਾਫੀ ਚੰਗੇ ਆ ਗਏ ਹਨ ਉਹਨਾਂ ਨੂੰ ਵੀ ਕਹਿ ਕੇ ਰੱਖੋ ਕਿ ਤੁਹਾਡੀਆਂ ਕੁਝ ਕੈਂਡਿਡ ਪਿਕਚਰਸ ਖਿੱਚ ਦੇ। ਵੈਸੇ ਤਾਂ ਇਹਨਾਂ ਗੱਲਾਂ ਦਾ ਧਿਆਨ ਕੁੜੀਆਂ ਨੂੰ ਜ਼ਿਆਦਾ ਹੁੰਦਾ ਹੈ ਅਤੇ ਜੇ ਮੁੰਡਿਆਂ ਨੂੰ ਨਹੀਂ ਵੀ ਹੁੰਦਾ ਤਾਂ ਵੀ ਸਰ ਜਾਂਦਾ ਹੈ, ਪਰ ਘੱਟੋ ਘੱਟ ਵਿਆਹ ਦੇ ਟਾਈਮ ਤੋਂ ਪਹਿਲਾਂ ਆਪਣੀ ਚਮੜੀ ਦਾ ਆਪਣੀ ਸਕਿਨ ਦਾ ਧਿਆਨ ਰੱਖਣਾ ਥੋੜ੍ਹਾ ਜਿਹਾ ਸ਼ੁਰੂ ਕਰ ਲਓ। ਤੁਸੀਂ ਵੀ ਅਖੀਰ 'ਚ ਚਾਹੁੰਦੇ ਹੋਵੋਗੇ ਨਾ ਕਿ ਜਦੋਂ ਨਵੀਂ ਵਿਆਹੀ ਜੋੜੀ ਦੀ ਫੋਟੋ ਆਵੇ ਤਾਂ ਤੁਸੀਂ ਆਪਣੀ ਵਾਈਫ ਜਿੰਨੇ ਹੀ ਵਧੀਆ ਲੱਗੋ। ਵੈਸੇ ਚਲੋ ਇੱਥੇ ਮੈਂ ਇੱਕ ਗੱਲ ਦੱਸ ਦਿੰਦੀ ਹਾਂ ਕਿ ਤੁਹਾਡੇ ਉੱਤੇ ਜ਼ਿਆਦਾ ਲੋਕਾਂ ਦੀ ਨਜ਼ਰ ਨਹੀਂ ਹੋਏਗੀ ਕਿਉਂਕਿ ਭਾਵੇਂ ਤੁਹਾਡੇ ਆਪਣੇ ਪਰਿਵਾਰ ਵਾਲੇ ਹੋਣ ਜਾਂ ਫਿਰ ਕੁੜੀ ਵਾਲੇ ਹੀ ਹੋਣ, ਉਹ ਸਭ ਇਹ ਵੇਖਣਾ ਚਾਹੁੰਦੇ ਹਨ ਕਿ ਉਸ ਦਿਨ ਕੁੜੀ ਜਾਂ ਦੁਲਹਨ ਕਿੱਦਾਂ ਦੀ ਲੱਗ ਰਹੀ ਹੈਗੀ ਹੈ। ਪਰ ਫਿਰ ਵੀ ਘੱਟੋ ਘੱਟ ਮੈਚ ਕਰਨ ਦੇ ਲਈ ਧਿਆਨ ਰੱਖੋ ਕਿ ਤੁਸੀਂ ਜੇ ਇਕੁਅਲ ਨਹੀਂ ਤਾਂ ਬੈਲੈਂਸ ਆਊਟ ਕਰ ਰਹੇ ਹੋ ਉਹ ਚੀਜ਼ਾਂ ਨੂੰ। ਸੋ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰੀਏ। ਨਿੱਕੀਆਂ ਨਿੱਕੀਆਂ ਗੱਲਾਂ ਨੇ, ਜੇ ਤੁਸੀਂ ਇਹਨਾਂ ਦਾ ਧਿਆਨ ਰੱਖਦੇ ਹੋ, ਇਹਨਾਂ ਉੱਤੇ ਅਮਲ ਕਰਦੇ ਹੋ ਤਾਂ ਤੁਹਾਡੇ ਵਿਆਹ ਦੀਆਂ ਅਰੇਂਜਮੈਂਟਸ ਤਾਂ ਬਹੁਤ ਈਜ਼ੀਲੀ ਹੋ ਜਾਣਗੀਆਂ, ਤੁਹਾਡੀ ਇੰਜੋਇਮੈਂਟ ਵੀ ਦੁੱਗਣੀ ਹੋ ਜਾਵੇਗੀ। ਤਾਂ ਚਲੋ ਫਿਰ ਜੇ ਅੱਜ ਦੀ ਵੀਡੀਓ ਪਸੰਦ ਆਈ ਹੈਗੀ ਹੈ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮੇਰੀ ਸਾਰੀ ਸੋਸ਼ਲ ਮੀਡੀਆ ਡਿਟੇਲ ਜਿਹੜੀ ਹੈਗੀ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗੀ, ਤੁਸੀਂ ਮੇਰੇ ਨਾਲ ਉੱਥੇ ਵੀ ਰਾਬਤਾ ਕਾਇਮ ਕਰ ਸਕਦੇ ਹੋ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਦੇ ਲਈ ਧੰਨਵਾਦ।